हैलो एंड वेलकम गाइस, आई होप तुसीं सारे घैंट होवोगे। तो गाइस आपां पूरे घैंट आ, ते मुंडे ओ ठंड कहिंदे बहुत ज़्यादा हो चुकी आ, ते टोपी टूपी लै ली आपां, ते हैप्पी भी उठ गया सीगा, हैप्पी दा समान लोलू इत्थे ही छड्ड गया, सारा को पैक पूरदान इत्थे ही छड्ड गया, सारा को एक सलंसर जिहा बनाया सीगा ओह भी इत्थे ही छड्ड गया, ते आ नड़ घरां दा भी समान इत्थे पिया। ते आपां अज करदे आ होर कम शुरू, आ पिया नड़ घरां दा फर्मा बंपर वाला, ते हैप्पी इत्थे लाइट जी भी छड्ड गया सीगा, आ पिछली लाइट जी भी खोल के इत्थे छड्ड गया, ਅੰਦਰ ਆਈ ਸਮਾਨ ਸਮੂਨ ਛੱਡ ਜਾਂਦੇ ਆ। ਇੱਕ ਸਾਡੇ ਪਿੰਡ ਦੇ ਵਿੱਚ ਉਹਦਾ ਸਲੰਸਰ ਪਿਆ, ਦੂਜਾ ਤਿੰਨ ਨਹੀਂ ਜਿਹੜੇ ਸਲੰਸਰ ਲੱਗੇ ਸੀਗੇ ਉਹ ਤਿੰਨ ਤੁਸੀਂ ਵੇਖੇ ਹੀ ਹੋਣੇ ਉਹਦੀ ਵੀਡੀਓ ਦੇ ਵਿੱਚ, ਉਹ ਵੀ ਇੱਥੇ ਛੱਡ ਗਿਆ ਪਤੰਦਰ। ਉਹ ਪਤਾ ਨਹੀਂ ਕਿਹੜਾ ਟਰੈਕਟਰ ਤੇ ਬੋਰਡ ਤੇ ਲਾ ਕੇ ਗੇੜੇ ਖੜੀ ਜਾਂਦਾ ਹਵਾ ਮਾਰੀ ਜਾਂਦਾ ਪਿੰਡ ਤੇ ਪਤੰਦਰ। ਤੇ ਅੱਜ ਆਪਾਂ ਆਹ ਬਣਾਏ ਸੀਗੇ ਗੇਟ, ਇਹਨਾਂ ਦੇ ਆਪਾਂ ਪੱਤੀਆਂ ਪੁੱਤੀਆਂ ਲਾ ਕੇ ਚਾਦਰਾਂ ਦਾ ਵੇਖਦੇ ਹਾਂ, ਜੇ ਚਾਦਰਾਂ ਪੈ ਗਈਆਂ ਠੀਕ ਆ, ਤੇ ਨਹੀਂ ਤਾਂ ਆਪਾਂ ਇਹਦੇ ਵੀ ਆਹ ਪੱਤੀਆਂ ਮਾਲ ਸਿੱਧਾ ਹੋਇਆ ਪਿਆ, ਤੇ ਇਹਦੇ ਵੀ ਅੱਜ ਆਪਾਂ ਪੱਤੀਆਂ ਪੁੱਤੀਆਂ ਪਾਉਣੀਆਂ, ਇਹਦੇ ਵਿੱਚ ਜਾਲੀ ਲਾਉਣੀ ਆ, ਆ ਜਾਲੀ ਲਾ ਕੇ ਅਤੇ ਪਹਿਲਾਂ ਪੱਤੀਆਂ ਲਾਉਣੀਆਂ, ਫਿਰ ਉੱਪਰ ਜਾਲੀ ਲੱਗਣੀ, ਫਿਰ ਗਰੰਟੀ ਗਰੁੰਟੀ ਦਾ ਕੰਮ ਹੋਊਗਾ, ਅਤੇ ਬਾਕੀ ਕਰਦੇ ਹਾਂ। ਅਤੇ ਆਹ ਬਣਾਇਆ ਸੀਗਾ ਦੂਜਾ ਡਾਕਟਰ ਦੇ, ਜਿਹੜਾ ਟੀਕਾ ਨਹੀਂ ਜਿੱਥੇ ਲੱਗਦਾ ਹੁੰਦਾ ਉਹ ਉੱਤੇ, ਇਹਦੇ ਗੱਦਾ ਗੁੱਦਾ ਰੱਖ ਕੇ ਅਤੇ ਬੰਦਾ ਪਾ ਕੇ ਟੀਕਾ ਟੂਕਾ ਲਾਇਆ ਕਰਨਗੇ ਡਾਕਟਰ ਸਾਹਿਬ, ਆਪਣੇ ਤਾਂ ਨਾ ਹੀ ਲੱਗੇ ਭਰਾ। ਅਤੇ ਬਾਕੀ ਚੱਲੀ ਜਾਂਦਾ ਕੰਮ ਮੇਰੇ ਵੀਰੋ, ਫਿਲਹਾਲ ਬਹੁਤ ਦਿਨਾਂ ਬਾਅਦ ਆਇਆ ਮੈਨੂੰ ਵੀ ਪਤਾ, ਅਤੇ ਪਰ ਯਾਰ ਥੋੜ੍ਹਾ ਜਿਹਾ ਨਾ ਕੰਮ ਸੀਗਾ ਤਾਂ ਕਰਕੇ ਹੀ ਨਾ ਵਲੋਗ ਨਹੀਂ ਆ ਰਹੇ ਸੀਗੇ, ਅਤੇ ਹੁਣ ਪ੍ਰੋਪਰ ਵਲੋਗ ਆਉਣਗੇ। ਜੇ ਤੁਸੀਂ ਆਹ ਵਲੋਗ ਨੂੰ ਪਿਆਰ ਦਿੱਤਾ ਤਾਂ ਆਪਾਂ ਹੋਰ ਵਲੋਗ ਬਣਾਵਾਂਗੇ, ਠੀਕ ਹੈ ਮੁੰਡੇ। ਲਓ ਬਾਈ ਮੇਰੇ ਵੀਰੋ, ਗੇਟ ਕਰ ਲਿਆ ਸੀਗਾ ਲੈਵਲ ਦੇ ਵਿੱਚ, ਪੱਤੀਆਂ ਤਾਂ ਵੱਢ ਲਈਆਂ ਅਤੇ ਲਾਈਟ ਹੀ ਉੱਡ ਗਈ ਯਾਰ, ਪਤਾ ਨਹੀਂ ਕੀ ਹੋ ਗਿਆ। ਅਤੇ ਆਹ ਵੀ ਪੱਤੀਆਂ ਥੋੜ੍ਹੀਆਂ ਵੱਢਣ ਵੱਢਣ ਰਹਿੰਦੀਆਂ ਵੱਡੀਆਂ ਸੀਗੀਆਂ, ਅਤੇ ਆਹ ਟੋਕਾ ਵੀ ਆ ਗਿਆ, ਟੋਕੇ ਦਾ ਵੀ ਕੰਮ ਜਾਰੀ ਆ, ਇਹਦਾ ਸ਼ਾਫਟ ਸ਼ੂਫਟਾਂ ਦਾ ਕੰਮ ਕਰਨਾ ਮੇਰੇ ਵੀਰੋ। ਅਤੇ ਕਹਿੰਦਾ ਬਾਈ, ਕਹਿੰਦਾ ਨਵਾਂ ਹੀ ਬਣਾ ਦੇ, ਮੈਂ ਕੋਈ ਨਹੀਂ ਬਾਈ ਨਵਾਂ ਹੀ ਮਾਰ ਦੂੰ, ਟੈਨਸ਼ਨ ਨਾ ਲੈ ਤੂੰ, ਲੱਤਾਂ ਲੁੱਤਾਂ ਵੀ ਸਾਰਾ ਕੁਝ ਗਲਿਆ ਹੀ ਪਿਆ ਪਤੰਦਰਾਂ ਦਾ, ਅਤੇ ਇਹਦਾ ਵੀ ਕੰਮ ਕਰਨਾ। ਅਤੇ ਬਾਕੀ ਯਾਰ ਲਾਈਟ ਆਊਗੀ ਫਿਰ, ਆ ਹੁਣ ਲਾਈਟ ਹੀ ਉੱਠ ਗਈ, ਪਤਾ ਨਹੀਂ ਕੀ ਚੱਕਰ ਪੈ ਗਿਆ ਸਾਰੇ। ਉਹ ਬਾਈ ਮੇਰੇ ਵੀਰੋ, ਇਧਰਲੇ ਪਾਸੇ ਪੱਤੀਆਂ ਪੁੱਤੀਆਂ ਲਾ ਦੀਆਂ ਸੀਗੀਆਂ, ਹੁਣ ਆਪਾਂ ਪੱਕਾ ਕਰਨਾ ਅੰਦਰਲੇ ਪਾਸਿਓਂ, ਕਿਉਂਕਿ ਬਾਹਰਲੇ ਪਾਸੇ ਜ਼ਿਆਦਾਤਰ ਸਫਾਈ ਦੇਣੀ ਹੁੰਦੀ ਆ, ਇਸੇ ਕਰਕੇ ਆਪਾਂ ਅੰਦਰਲੇ ਪਾਸੋਂ ਪੱਕਾ ਕਰਨਾ। ਅਤੇ ਟਾਂਕੇ ਲਾਏ ਸੀਗੇ ਤਾਂ ਬਾਅਦ 'ਚ ਗਰਿੰਡ ਮਾਰ ਕੇ ਸਾਫ਼ ਹੋ ਜਾਣਾ, ਅਤੇ ਅੰਦਰਲੇ ਪਾਸੇ ਪੂਰੀਆਂ ਲੀੜਾਂ ਲੂੜਾਂ ਲਾ ਕੇ ਪੱਕਾ ਕਰਨਾ ਇਹ ਕੰਮ, ਅਤੇ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਇੱਕ ਗੇੜ ਤਾਂ ਹੋ ਗਿਆ ਸੀਗਾ ਪੱਕਾ ਇੱਧਰਲੇ ਪਾਸਿਓਂ, ਅਤੇ ਹੁਣ ਆਹ ਰਹਿ ਗਿਆ, ਇਹ ਵੀ ਆਪਾਂ ਪੱਕਾ ਪੁੱਕਾ ਕਰਕੇ ਇਹਨੂੰ ਰੱਖਦੇ ਹਾਂ ਸਾਈਡ 'ਤੇ, ਫਿਰ ਲਾਉਂਦੇ ਹਾਂ ਉਹਦੇ ਪੱਤੀਆਂ, ਪੱਲਿਆਂ ਦੇ ਕੰਮ ਯਾਰ ਬਹੁਤ ਜ਼ਿਆਦਾ ਆ, ਅਤੇ ਇਹ ਵੀ ਕਰਨਾ, ਫਿਰ ਉਹ ਕਰਕੇ ਫਿਰ ਵਿੱਚ ਇਹਦੇ ਜਾਲੀ ਵੀ ਪਾਉਣੀ ਆ ਕੱਟ ਕੇ, ਅਤੇ ਹਜੇ ਆ ਚਾਦਰਾਂ ਜਿਹੜੀਆਂ ਪਈਆਂ ਇਹ ਗੇਟਾਂ ਦੇ ਵਿੱਚ ਪਾਉਣੀਆਂ, ਚਾਰ ਚਾਰ ਚਾਦਰਾਂ ਪੈਣੀਆਂ, ਦੋ ਇੱਧਰ ਦੋ ਉੱਧਰ, ਅਤੇ ਦੋ ਉਹਦੇ ਵਿੱਚ ਪੈਣੀਆਂ ਚਾਦਰਾਂ, ਫਿਰ ਡਿਜ਼ਾਇਨ ਬਣਨਾ, ਉਹ ਵੀ ਤੁਹਾਨੂੰ ਦਿਖਾਵਾਂਗੇ, ਕੋਈ ਚੱਕਰ ਨਹੀਂਗਾ। ਅਤੇ ਬਾਕੀ ਵੀਡੀਓ ਦੇਖਦੇ ਦੇਖਦੇ ਲਾਈਕ ਕਰ ਦਿਓ ਮੁੰਡੇ। ਉਹ ਗੇਟ ਤਾਂ ਹੋ ਗਏ ਸੀ ਪੱਕੇ, ਅਤੇ ਹੁਣ ਆਪਾਂ ਪਾ ਲਏ ਆ ਛੋਟੇ ਗੇਟ ਆ, ਅਤੇ ਇਹਦੇ ਵਿੱਚ ਆਪਾਂ ਹੁਣ ਪੱਤੀਆਂ ਪਾ ਕੇ ਫਿਰ ਆ ਜਾਲੀ ਪਾਉਣੀ ਆ, ਪਹਿਲਾਂ ਪੱਤੀਆਂ ਸਾਰਿਆਂ 'ਤੇ ਪਾਉਣੀਆਂ, ਫਿਰ ਵੱਢ ਕੇ ਜਾਲੀ ਇਕੱਠੀ ਪਾਵਾਂਗੇ, ਹਿਸਾਬ ਕਿਤਾਬ ਜਾਊਗਾ ਵੀ ਕਿੱਦਾਂ ਜਾਲੀ ਕਿੰਨੀ ਕੱਟਣੀ ਪੈਣੀ ਆ। ਅਤੇ ਪਹਿਲਾਂ ਪੱਤੀਆਂ ਇਹਦੇ ਸ਼ੁਰੂ ਕਰਦੇ ਹਾਂ, ਪੱਤੀਆਂ ਲੱਭਣੀਆਂ ਪੈਣੀਆਂ ਕਿਹੜੀਆਂ ਇਹਦੇ ਮਿੱਚ ਦੀਆਂ, ਵੱਢ ਵੁੱਢ ਕੇ ਤਾਂ ਰੱਖਤੀਆਂ ਸੀ ਉਦੋਂ, ਇਕੱਠਾ ਮਾਲ ਸਿੱਧਾ ਕਰਤਾ ਸੀ ਨਾ ਤਾਂ ਕਰਕੇ, ਫਿਰ ਹੁਣ ਲੱਭ ਕੇ ਵੇਖਦੇ ਹਾਂ ਮਹਿੰਤੀ ਮੁੰਤੀ ਕਰਕੇ, ਅਤੇ ਫਿਰ ਤੁਹਾਨੂੰ ਦਿਖਾਉਂਦਾ ਮੁੰਡੇ। ਉਹ ਦੋਵਾਂ ਦੇ ਤਾਂ ਲੱਗ ਗਈਆਂ ਪੱਤੀਆਂ ਪੁੱਤੀਆਂ, ਅਤੇ ਪੱਤੀਆਂ ਪੁੱਤੀਆਂ, ਅਤੇ ਆਹ ਰਹਿ ਗਿਆ ਹੁਣ ਇਹਦੇ ਵੀ ਕਰਦੇ ਹਾਂ, ਆਹ ਰਹਿ ਗਏ ਫਰੇਮ ਬਸ ਇਹ ਕਰਕੇ, ਅਤੇ ਵੇਖਦੇ ਕੀ ਕਰਨਾ ਯਾਰ। ਆਹ ਮੰਜਿਆਂ ਵਾਲਾ ਇੰਨਾ ਬੁਰਾ ਹਾਲ ਆ ਨਾ ਬਾਈ ਯਾਰ, ਆਹ ਨਾ ਲਿਆ ਕਰੋ ਬਾਈ ਯਾਰ, ਜਿਹੜੇ ਪੈਸੇ ਤੁਸੀਂ ਹੁਣ ਬੰਦੇ ਨੂੰ ਦਿੰਦੇ ਵੈਲਡ ਕਰਾਈ ਦੇ ਬਾਅਦ 'ਚ ਟੁੱਟ ਜਾਂਦੇ ਹੈ ਨਾ, ਅਤੇ ਉਹੀ ਪੈਸੇ ਲਾ ਕੇ ਬਾਈ ਚੰਗਾ ਮੰਜਾ ਕਿਉਂ ਨਹੀਂ ਲੈਂਦੇ ਬਾਈ ਤੁਸੀਂ ਯਾਰ। ਇੱਕ ਤਾਂ ਵੈਲਡ ਕਰਨ ਵਾਲਾ ਦੁਖੀ, ਅਤੇ ਇੱਕ ਕਰਾਉਣ ਵਾਲਾ ਦੁਖੀ ਵੀ ਹੁੰਦਾ ਹੈ ਨਾ, ਤੁਸੀਂ ਆਪ ਵੀ ਦੁਖੀ ਹੁੰਦੇ ਆ, ਪਹਿਲਾਂ ਦੇੜਦੇ ਆ ਫਿਰ ਬਿਲਡ ਕਰਾਉਂਦੇ ਹੈ ਨਾ। ਇਹ ਯਾਰ ਖੜਦਾ ਨਹੀਂ ਕਰਦਾ ਨਹੀਂ ਗਾ, ਇੰਨਾ ਹਲਕਾ ਸਾਲਾ ਲਾਈਟ ਇੰਨੀ ਪੈ ਜਾਂਦੀ ਆ, ਬਾਹਲਾ ਹੋਰੂ ਜੇ ਕੰਮ ਆ ਯਾਰ, ਇਹ ਨਾ ਕੰਮ ਕਰਿਆ ਕਰੋ ਵੀਰ ਬਣ ਕੇ, ਥੱਲੇ ਭਜਿਆ ਕਰੋ, ਪਰ ਆਹ ਮੰਜਾ ਨਾ ਲਓ ਬਾਈ, ਆਪਾਂ ਤੁਹਾਨੂੰ ਇਹੀ ਪ੍ਰੈਫਰ ਕਰਦੇ ਹਾਂ। ਤੀਜੇ ਦਿਨ ਹੀ ਟੁੱਟੇ ਰਹਿੰਦੇ ਆ ਇਹ ਭੈਣ, ਲਹੂ ਪੀਦਾ ਯਾਰ ਇਹਨਾਂ ਨੇ, ਹੋਰ ਯਾਰ ਹਲਕੇ ਵਾਲੇ ਆ, ਵੈਲਡ ਹੁੰਦੇ ਨਹੀਂ ਨਾ, ਵੈਲਡ ਖੜਦਾ ਹੀ ਇਹਨਾਂ ਨੂੰ ਯਾਰ, ਪੁੱਛੋ ਹੀ ਨਾ, ਬੁਰਾ ਹਾਲ ਕੀਤਾ ਪਿਆ। ਲਾਈਟ ਪੈ ਗਈ ਪੂਰੀ, ਮੰਜੇ ਨੇ ਪੂਰੀ ਲਾਈਟ ਪਵਾਤੀ, ਬਣਾਉਣ ਬਾਈ ਮੇਰੇ ਵੀ ਉਹ ਸਾਰਿਆਂ 'ਤੇ ਲੱਗ ਗਈਆਂ ਸੀਗੀਆਂ ਪੱਤੀਆਂ ਪੁੱਤੀਆਂ, ਓਕੇ ਹੋ ਗਏ ਆ, ਹੁਣ ਕੱਲ੍ਹ ਨੂੰ ਲਾਵਾਂਗੇ ਜਾਲੀ, ਅਤੇ ਫਿਰ ਹੋ ਜੂਗਾ ਕੰਮ ਫਾਈਨਲ ਇਹਦਾ। ਅਤੇ ਟੋਕਾ ਵੀ ਖਿਲਾਰਤਾ ਸੀਗਾ ਸਾਰਾ ਕੋਲ, ਤਾਂ ਇਹਦਾ ਸ਼ਾਫਟ ਦਾ ਕੰਮ ਹੀ ਹੋਊਗਾ, ਸ਼ਾਫਟ ਸਾਰੀ ਇਹਦੀ ਵੱਢੀ ਪਈ ਆ, ਵਾਇਰੀਆਂ ਵੂਰੀਆਂ ਦਾ ਕੰਮ ਹੋਊਗਾ ਸਾਰਾ ਇਹਦਾ, ਟੋਕੇ ਟੂਕੇ ਦਾ ਇਕੱਲਾ ਇਕੱਲਾ ਪੁਰਜਾ ਖਿਲਾਰ ਕੇ ਰੱਖਦਾ ਮੇਰੇ ਵੀਰੋ, ਇਕੱਲਾ ਇਕੱਲਾ ਪੁਰਜਾ ਹੋ ਗਿਆ ਹੁਣ ਇਹਦਾ ਵਿਚਾਰੇ ਦਾ। ਅਤੇ ਬਾਕੀ ਮੈਂ ਤਾਂ ਲਈ ਥੋੜ੍ਹਾ ਕੰਮ, ਫਿਰ ਆ ਕੇ ਵੇਖਦੇ ਹਾਂ ਜੇ ਤਾਂ ਕੁਛ ਕਰਨਾ ਹੋਇਆ ਠੀਕ ਆ, ਨਹੀਂ ਤਾਂ ਫਿਰ ਮਾੜ ਮੂੜ ਵੀ ਭਰਿਆ ਗਿਆ, ਇਹ ਵੀ ਹੋ ਗਿਆ ਕੰਮ, ਹੁਣ ਚੜ੍ਹਨੀ ਹੈ ਖਰਾਦ 'ਤੇ, ਇਹ ਠਰ ਗਈਆਂ, ਸੁਬਹਾ ਚੜ੍ਹਾਵਾਂਗੇ ਇਹਨੂੰ ਖਰਾਦ 'ਤੇ, ਅਤੇ ਟੂਲ ਟਾਲ ਲਾ ਕੇ ਇਹਦਾ ਕੰਮ ਕਰਾਂਗੇ ਓਕੇ।
ਬਾਕੀ ਟੋਕਾ ਸਾਰਾ ਖਲਾਰਿਆ ਪਿਆ ਏ, ਪੁਲੀ ਪਾਲੀ ਅੱਡ ਕੀਤੀ ਪਈ ਆ, ਟੋਕੇ ਅੱਡ, ਪੌਣ ਪੌਣ ਅੱਡ, ਸਾਰਾ ਕੁਛ ਅੱਡ ਹੀ ਕੀਤਾ ਪਿਆ ਭਾਉਣਾ ਪਿਆ। ਅਤੇ ਬਾਕੀ ਚੱਲੀ ਜਾਂਦਾ ਕੰਮ ਮੇਰੇ ਵੀਰੋ। ਚਲੋ ਠੀਕ ਆ ਮੁੰਡਿਓ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਤੇ ਜੇ ਵੀਡੀਓ ਘੈਂਟ ਲੱਗੀ, ਜੇ ਇੱਦਾਂ ਦੀਆਂ ਹੋਰ ਘੈਂਟ ਵੀਡੀਓ ਚਾਹੀਦੀਆਂ ਵੀ ਡੇਲੀ ਲਾਈਫ ਵਾਲੀ, ਵਿੱਚ ਕੀ ਕਰਦੇ ਆ, ਹੋਰ ਵੀ ਕੀ ਕੰਮ ਕਰਦੇ ਰਹੇ ਆ, ਹੋਰ ਵੀ ਆਪਣਾ ਕੰਮ ਤਾਂ ਚੱਲੀ ਜਾਂਦਾ ਇਹਦੇ ਵਿੱਚ, ਇਹ ਨਹੀਂ ਗੱਲ, ਹੈ ਨਾ। ਅਤੇ ਬਾਕੀ ਜੇ ਵੀਡੀਓ ਘੈਂਟ ਲੱਗੀ ਲਾਈਕ ਕਰ ਦਿਓ, ਜੇ ਇੱਦਾਂ ਦੀ ਹੋਰ ਘੈਂਟ ਵੀਡੀਓ ਚਾਹੀਦੀਆਂ ਵੀ ਇੱਦਾਂ ਬਈ ਆਪਣੀ ਡੇਲੀ ਲਾਈਫ 'ਤੇ ਵੀਡੀਓ ਬਣਾਇਆ ਕਰ, ਅਤੇ ਉਹ ਵੀ ਆਉਣਗੀਆਂ ਮੇਰੇ ਵੀਡੀਓ। ਅਤੇ ਬਾਕੀ ਸਪੋਰਟ ਪੂਰੀ ਹੈ ਤੁਹਾਡੀ, ਕੋਈ ਚੱਕਰ ਨਹੀਂ ਗਾ। ਅਤੇ ਬਾਕੀ ਓਕੇ, ਬਾਏ ਗਾਇਸ਼, ਠੀਕ ਆ।